ਹਾਂਜੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਨੇ। ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਆਪਾਂ ਤੁਹਾਨੂੰ ਦੱਸਿਆ ਲਾਸਟ ਵਲੌਗ ਦੇ ਵਿੱਚ ਦੱਸਿਆ ਸੀਗਾ ਨਾ ਕਿ ਮੈਂ ਨਿਊ ਜਰਸੀ ਜਾਣਾ ਹੈ ਨਾ, ਟੋਰਾਂਟੋ ਤੋਂ ਹੋ ਕੇ ਤੇ ਮੈਂ ਔਨ ਦਾ ਵੇ ਟੂ ਨਿਊ ਜਰਸੀ ਹਾਂ, ਜਾ ਰਿਹਾ ਮੈਂ ਨਿਊ ਜਰਸੀ। ਮੈਂ ਇੱਥੇ ਬ੍ਰੇਕ ਪਾਉਣ ਲਈ ਰੁਕਿਆ ਸੀਗਾ ਟਰੱਕ ਸਟੋਪ ਦੇ ਉੱਤੇ, ਤੇ ਇਹ ਟਰੱਕ ਸਟੋਪ ਦੇ ਜਦੋਂ ਮੈਂ ਆਇਆ ਹੈ ਨਾ, ਜਦੋਂ ਫੋਨ 'ਚ ਚੈੱਕ ਕੀਤਾ ਕਿ ਹਾਂ ਵੀ ਕਾਫ਼ੀ ਸਪੋਰਟਸ ਆ ਹੈ ਨਾ, ਕਾਫ਼ੀ ਪਾਰਕਿੰਗਾਂ ਵਾ ਤੇ ਏਰੀਆ ਕਾਫ਼ੀ ਆ ਹੈ ਨਾ, ਪਾਰਕਿੰਗਾਂ ਤਾਂ ਮਿਲ ਹੀ ਜਾਣੀਆਂ ਸੌਖੀਆਂ। ਬਟ ਜਦੋਂ ਮੈਂ ਐਂਟਰ ਹੋਇਆ ਅੰਦਰ, ਸਾਰਾ ਕੁਝ ਕਲੋਜ਼, ਸਿਰਫ 30-40 ਪਾਰਕਿੰਗਾਂ ਤੇ ਇਸ ਤੋਂ ਦੂਸਰੇ ਪਾਸੇ ਇੱਕ TA ਦਾ ਪੰਪ ਹੈ ਨਾ ਇਹਦੇ ਓਪੋਜ਼ਿਟ, ਤੇ ਉਹਨੂੰ ਮੈਂ ਰਿਜੈਕਟ ਕੀਤਾ ਸੀ। ਮੈਂ ਕਿਹਾ ਉੱਥੇ ਨਹੀਂ ਰੁਕਣਾ, ਆਪਾਂ ਫਲਾਇੰਗ ਜੇ 'ਤੇ ਰੁਕਣਾ, ਫਲਾਇੰਗ ਜੇ ਵਧੀਆ ਹੈ ਨਾ। ਬਟ ਚੱਕਰ ਵੀ ਪਿਆ, ਇੱਧਰ ਪਾਰਕਿੰਗਾਂ ਪੁਰਕਿੰਗਾਂ ਕੋਈ ਨਹੀਂ, ਪੁੱਠਾ ਸਿੱਧਾ ਕਰਕੇ ਇੱਧਰ ਕਿਤੇ ਫਸਾਇਆ। ਮੈਂ ਤੁਹਾਨੂੰ ਦਿਖਾਉਂਦਾ ਇੱਥੇ, ਮੈਂ ਕਈ ਪਾਰਕਿੰਗਾਂ ਦੀ ਗੱਲ ਕਰਦਾ, ਮੈਂ ਆਹ ਸਾਰੀਆਂ ਪਾਰਕਿੰਗਾਂ ਦੀ ਗੱਲ ਕਰਦਾ ਮੈਂ ਹੈ ਨਾ, ਬਹੁਤ ਸਾਰੀਆਂ ਪਾਰਕਿੰਗਾਂ ਇੱਥੇ, ਲਗਭਗ 200 ਪਾਰਕਿੰਗਾਂ ਹੋਣੀਆਂ ਇੱਥੇ ਇੱਧਰਲੇ ਏਰੀਏ 'ਚ। ਉੱਧਰੋਂ ਐਂਟਰ ਹੋ ਗਏ ਹੈ ਨਾ, ਪਰ ਸਾਰਾ ਕੁਝ ਬੰਦ ਕੀਤਾ ਸੀਗਾ, ਫਿਰ ਉੱਧਰੋਂ ਲਿਆ ਕੇ ਇੱਧਰ ਹੈ ਨਾ, ਆਹੀ ਰਹਿ ਗਈਆਂ ਬਸ 2-4 ਪਾਰਕਿੰਗਾਂ, ਜਾਂ ਪਰਲੇ ਪਾਸੇ ਉਹ ਟਰੱਕ ਪੁੱਠੇ ਸਿੱਧੇ ਕਰਕੇ ਉਹਨਾਂ ਨੇ ਫਸਾਏ ਹੋਏ ਆ। ਤੇ ਇਹਨਾਂ ਦਾ ਜਿਹੜਾ ਅੰਦਰੋਂ ਵੀ ਮੈਂ ਹੋ ਗਿਆ ਹੈ ਨਾ, ਸਾਰਾ ਕੁਝ ਇੱਦਾਂ ਉੱਜੜਿਆ ਉੱਜੜਿਆ ਜਿਹਾ ਲੱਗਦਾ, ਜਿੱਦਾਂ ਭੂਤ ਬੰਗਲਾ ਜਿਹਾ ਨਹੀਂ ਹੁੰਦਾ, ਐਵੇਂ ਬਣਾਇਆ ਹੋਇਆ ਇਹਨਾਂ ਨੇ। ਪਤਾ ਨਹੀਂ ਜਾਂ ਪੋਸਟ ਕਰ ਦੇਣਾ ਚਾਹੀਦਾ ਇਹਨਾਂ ਨੂੰ ਔਨਲਾਈਨ ਕਿ ਜਿਹੜੀ ਲੋਕੇਸ਼ਨ ਆ ਇਹ ਅੰਡਰ ਕੰਸਟਰਕਸ਼ਨ ਆ। ਜਿਹੜੀਆਂ ਆਹ ਚੀਜ਼ਾਂ ਦੇਖ ਰਹੀਆਂ ਨੇ ਤੁਹਾਨੂੰ, ਆੜੀਆਂ ਵੱਡੀਆਂ ਆੜੀ ਲੱਗੇ ਹੈ ਨਾ, ਪੋਲ ਜੇ ਲੱਗੇ ਆ, ਤੇ ਜਿਸ ਤੱਕ ਮੈਨੂੰ ਪਤਾ ਹੈ ਨਾ, ਇਹ ਉਹ ਚੀਜ਼ਾਂ ਵਾ ਜਦੋਂ ਕਈ ਵਾਰ ਨਾ ਇੱਧਰ ਜ਼ਿਆਦਾ ਗਰਮੀ ਪੈਂਦੀ ਹੈ ਹੈ ਨਾ ਇਹਨਾਂ ਏਰੀਆ ਦੇ ਵਿੱਚ, ਤੇ ਕਈ ਟਰੱਕਾਂ ਦੇ ਹੀਟ ਮਤਲਬ ਕਿ ਇੱਧਰ ਆਈਡਲਿੰਗ ਨਹੀਂ ਚੱਲਦੀ ਹੈ ਨਾ, ਟਰੱਕ ਬੰਦ ਕਰਕੇ ਹੀ ਸੌਣਾ ਪੈਂਦਾ ਵਾ, ਟਰੱਕ ਬੰਦ ਕਰਕੇ ਰੱਖਣੇ ਪੈਂਦੇ ਆ ਹੈ ਨਾ ਇੱਥੇ। ਸੋ ਇਹਨਾਂ ਨੇ ਕੂਲਿੰਗ ਸਿਸਟਮ ਦਿੱਤੇ ਹੁੰਦੇ ਆ ਇੱਥੇ, ਤੇ ਉਹ ਟਰੱਕਾਂ ਦੇ ਵਿੱਚ ਕੂਲਿੰਗ ਕਰਦੇ ਆ। ਆਹ ਪੀਲੇ ਪੀਲੇ ਜਿਹੜੇ ਜਿਹੜੇ ਲਮਕ ਰਹੇ ਆ ਨਾ, ਆਹ ਹੈ ਨਾ, ਆਹ ਟਰੱਕਾਂ ਦੇ ਵਿੱਚ ਚੱਲ ਜਾਂਦੇ ਆ ਹੈ ਨਾ, ਇਹਨਾਂ ਨੂੰ ਟਰੱਕਾਂ ਦੇ ਵਿੱਚ ਹੈ ਨਾ ਲਾ ਲਿਆ ਜਾਂਦਾ ਵਾ, ਤੇ ਕੂਲਿੰਗ ਕਰਦੇ ਆ ਟਰੱਕਾਂ ਦੇ ਵਿੱਚ। ਸੋ ਇਹ ਚੀਜ਼ ਹੁੰਦੀ ਆ, ਇਹ ਕਾਫੀ ਲੱਗੇ ਹੋਏ ਆ ਇੱਥੇ ਇਹਨਾਂ ਏਰੀਆ 'ਚ ਨਾ, ਆਈਡਲਿੰਗ ਬੰਦ ਵਾ ਹੈ ਨਾ, ਕਿ ਆਪਾਂ ਆਈਡਲਿੰਗ ਨਹੀਂ ਕਰ ਸਕਦੇ, ਟਰੱਕ ਚੱਲਦਾ ਨਹੀਂ ਰੱਖ ਸਕਦੇ। ਤੇ ਉਧਰਲੇ ਪਾਸੇ ਉਹ ਇਹਨਾਂ ਦਾ ਫਿਊਲਿੰਗ ਆਇਲਸ ਵਾ, ਤੇ ਉਹ ਸਟੋਰ ਆ ਅੰਦਰਲੇ ਪਾਸੇ। ਤੇ ਮੈਂ ਤੁਹਾਨੂੰ ਦਿਖਾਉਂਦਾ ਹੋਰ ਇੱਕ ਇਹਨਾਂ ਦੀ ਚੀਜ਼, ਕਿ ਇਹਨਾਂ ਨੇ ਪੌੜੀਆਂ ਪੂੜੀਆਂ ਜਿਹੀਆਂ ਹੈ ਨਾ, ਆਈ ਡੋਂਟ ਨੋ ਹੋਇਆ ਕੀ ਇੱਥੇ, ਜਾਂ ਕੋਈ ਲੁੱਟ ਲੁੱਟ ਕੇ ਲੈ ਗਿਆ ਵਾ, ਕਿੰਨਾ ਕੁਝ, ਕਿੰਨਾ ਕੁ ਪੈਸੇ ਨਹੀਂ ਹੈਗੇ ਕੋਲ। ਇੱਥੇ ਪੌੜੀਆਂ ਦੇ ਉੱਤੇ ਘਾਹ ਉੱਗਿਆ ਪਿਆ, ਦੂਸਰੀ ਸਾਈਡ, ਬਿਲਕੁਲ ਦੂਸਰੀ ਸਾਈਡ ਦੇ TA ਦਾ ਟਰੱਕ ਸਟੋਪ ਆ। ਆਹ ਵੇਖੋ ਸਾਰੇ ਕਿੰਨਾ ਘਾਹ ਘੂ ਜਾ ਉੱਗਿਆ ਪਿਆ ਇੱਥੇ। ਤੇ ਬਾਕੀ ਹੁਣ ਮੈਂ ਆਪਣਾ ਬ੍ਰੇਕ ਪਾ ਰਿਹਾ, ਰੋਟੀ ਪਾਣੀ ਖਾਣਾ ਆਪਣਾ, ਤੇ ਫਿਰ ਆਪਾਂ ਫਲਾਇੰਗ ਜੇ 'ਤੇ ਹੀ ਰੁਕਣਾ ਵਾ, ਜਿੱਥੇ ਡਿਲੀਵਰੀ ਕਰਨੀ ਜਿਹਦੇ ਲੱਗ ਗਈ, ਆਪਾਂ 20 ਮਿੰਟ ਪਹਿਲਾਂ ਰੁਕ ਜਾਣਾ ਜਿੱਥੇ ਡਿਲੀਵਰੀ ਕਰਨੀ ਮੈਂ। ਤੇ ਬਾਕੀ ਆਪਣੇ ਚੈਨਲ ਨੂੰ ਵਧੀਆ ਰਿਸਪੋਂਸ ਮਿਲ ਰਿਹਾ, ਬਟ ਲਾਸਟ 2-3 ਵੀਡੀਓਸ ਨੂੰ ਵਿਊ ਨਹੀਂ ਆਏ ਵਧੀਆ, ਸ਼ੇਅਰ ਕਰਿਆ ਕਰੋ ਵੀਡੀਓਸ ਨੂੰ, ਵਿਊ ਨਹੀਂ ਚੰਗੇ ਆ ਰਹੇ 1-2 ਵੀਡੀਓਸ ਨੂੰ। ਤੇ ਬਾਕੀ ਰੀਫਰ ਚੱਲ ਰਿਹਾ, ਤੇ ਹੁਣ ਮੈਂ ਰੋਟੀ ਪਾਣੀ ਖਾ ਕੇ ਇੱਥੋਂ ਮੂਵ ਹੁੰਦਾ, ਤੇ ਬਾਕੀ ਦੀ ਗੱਲਬਾਤ ਆਪਾਂ ਕਰਦੇ ਹਾਂ ਰੋਡ 'ਤੇ ਜਾ ਕੇ, ਤੇ ਮਾਹੌਲ ਚੱਲ ਦੇਖਦੇ ਹਾਂ। ਵਿਊ ਵਧੀਆ ਘੈਂਟ ਵਿਊ ਆ ਰਹੇ ਆ ਇਸ ਰੋਡ ਦੇ ਉੱਤੇ। ਸੋ ਮੈਂ ਅਰਲੀ ਤੁਰ ਪਿਆ ਸੀਗਾ ਉੱਥੋਂ ਟੋਰਾਂਟੋ ਤੋਂ 2-3 ਵਜੇ ਦੇ ਨਾਲ, ਸੋ ਰਾਹ ਲੱਗ ਗਏ 9 ਘੰਟੇ ਦਾ ਰਸਤਾ ਸੀ ਸਾਰਾ, ਤੇ ਹੁਣ ਧੁੱਪ ਲੱਗੀ ਆ ਤੇ ਠੰਡ ਹੈ ਨਹੀਂ ਇੰਨੀ ਖਾਸ। ਤੇ ਹੁਣ ਜਿੱਥੇ ਰੁਕਣਾ ਮੈਂ ਟਾਈਮ ਨਾਲ ਪਹੁੰਚ ਜਾਣਾ, 3-4 ਵਜੇ ਤੱਕ ਪਹੁੰਚ ਜਾਣਾ, ਹਾਂ ਪਹਿਲਾਂ ਹੀ ਭਾਵੇਂ ਪਹੁੰਚ ਜਾ। ਤੇ ਦੇਖਦੇ ਹਾਂ ਜਗ੍ਹਾ ਮਿਲਦੀ ਉੱਥੇ ਕਿ ਨਹੀਂ, ਅੱਜ ਸੰਡੇ ਆ, ਜਗ੍ਹਾ ਮਿਲ ਜਾਣੀ ਚਾਹੀਦੀ, ਕੱਲ੍ਹ ਮੰਡੇ ਡਿਲੀਵਰੀ ਕਰਕੇ ਪਿੱਕ ਕਰਕੇ ਵਾਪਸ ਜਾਣਾ ਟੋਰਾਂਟੋ ਨੂੰ ਆਪਾਂ। ਚਲੋ ਅੱਜ ਰੋਡ 'ਤੇ ਜਾ ਕੇ ਗੱਲਬਾਤ ਕਰਦੇ ਆਪਾਂ। ਅਮੈਰੀਕਾ ਵਾਲੀ ਸਾਈਡ ਹੈ ਨਾ, ਜ਼ਿਆਦਾਤਰ ਵੱਡੀਆਂ ਸਿਟੀਆਂ ਵਾਲੇ ਪਾਸੇ ਹੈ ਨਾ ਟੋਲ ਰੋਡ ਹੀ ਮਿਲਣਗੇ, ਟੋਲ ਰੋਡ ਹਮੇਸ਼ਾ ਬਣਾਏ ਹੁੰਦੇ ਆ ਇਹਨਾਂ ਨੇ, ਕਿ ਮਤਲਬ ਕਿ ਵਧੀਆ ਸਫ਼ਰ ਹੈ ਨਾ ਬੰਦਾ ਕੱਟ ਸਕੇ, ਮਤਲਬ ਕਿ ਜ਼ਿਆਦਾ ਰਸ਼ ਨਾ ਹੋਵੇ, ਟ੍ਰੈਫਿਕ ਨਾ ਹੋਵੇ, ਟੋਲ ਰੋਡ ਬਣਾਏ ਹੁੰਦੇ ਆ। ਤੇ ਕਈ ਵਾਰ ਤਾਂ ਸਾਰਾ ਦਾ ਸਾਰਾ ਹੀ ਟੋਲ ਰੋਡ ਬਣਾਇਆ ਹੁੰਦਾ ਇਹਨਾਂ ਨੇ, ਅਮੈਰੀਕਾ ਵਾਲਿਆਂ ਨੇ, ਕੋਈ ਅਦਰ ਆਪਸ਼ਨ ਛੱਡੀ ਨਹੀਂ ਹੁੰਦੀ। ਕੈਨੇਡਾ ਦੇ ਵਿੱਚ ਮੈਂ 1-2 ਥੋੜ੍ਹੇ ਬਹੁਤ ਹੀ ਦੇਖੇ ਹੈ ਨਾ, ਅੰਟਾਰੀਓ ਦੇ ਵਿੱਚ 407 ਆ ਹੈ ਨਾ, ਅਤੇ ਥੋੜ੍ਹੇ ਬਹੁਤ ਹੀ ਦੇਖੇ ਆ। ਅਤੇ ਆ ਗਿਆ ਇਹਨਾਂ ਦਾ ਟੋਲ ਬੂਥ ਆ ਗਿਆ, ਇੱਥੇ ਬਸ ਆਪਾਂ ਚੱਲਦੇ ਰਹਿਣਾ, ਇੱਥੇ ਬੈਰੀਅਰ ਨਹੀਂ ਲੱਗਾ ਹੋਇਆ, ਅਤੇ ਆਟੋਮੈਟਿਕਲੀ ਜਿਹੜਾ ਉੱਤੇ ਸਿਰ ਦੇ ਉੱਤੇ ਤੁਸੀਂ ਧਿਆਨ ਮਾਰੋ, ਡਿਵਾਈਸ ਲੱਗੀ ਹੋਈ ਆ ਸਿਰ ਦੇ ਉੱਤੇ, ਜਿਹੜੀ ਲੰਘ ਲੱਗੀ ਹੈ ਨਾ, ਅਤੇ ਇਹਨੇ ਆਟੋਮੈਟਿਕਲੀ ਸਕੈਨ ਕਰ ਲੈਣਾ, ਆਪਣਾ ਟਰਾਂਸਪੋਂਡਰ ਲੱਗਾ ਹੋਇਆ ਹੈ ਨਾ, ਆਪਣਾ ਪਾਸ ਲੱਗਾ ਹੋਇਆ ਅੰਦਰ, ਅਤੇ ਇਹਨੇ ਆਟੋਮੈਟਿਕਲੀ ਕਰ ਲੈਣਾ ਸਕੈਨ। ਅਤੇ ਹੁਣ ਆਪਾਂ ਇੱਥੇ ਜਾਣਾ ਲੈਫਟ ਸਾਈਡ ਨੂੰ ਹਾਈਵੇ 76 ਨੂੰ, ਤੋਂ ਆਪਾਂ ਇੰਡੀਕੇਟਰ ਦੇ ਦੇਣਾ ਲੈਫਟ ਦਾ, ਅਤੇ ਆਪਣੀ ਲੈਫਟ ਲੇਨ ਦੇ ਵਿੱਚ ਆ ਜਾਣਾ ਇੱਥੋਂ। ਹੁਣ ਕਾਫੀ ਬਿਜ਼ੀ ਹਾਈਵੇ ਹੁੰਦੇ ਆ ਇਹ, ਬਹੁਤ ਜ਼ਿਆਦਾ ਇੱਧਰ ਹਿੱਲਾਂ ਬਹੁਤ ਜ਼ਿਆਦੀਆਂ ਆਉਂਦੀਆਂ, ਬਹੁਤ ਜ਼ਿਆਦੀਆਂ ਹਿੱਲਾਂ ਆਉਂਦੀਆਂ ਇੱਧਰਲੇ ਪਾਸੇ, ਅਤੇ ਆਪਾਂ ਈਸਟ ਨੂੰ ਜਾਣਾ, ਇੱਧਰ ਜਾਣਾ ਆਪਾਂ।
ਤੇ ਜਿਹੜੇ ਟਰੱਕ ਸਟਾਪ ਤੇ ਰੁਕਿਆ ਸੀ ਉਹ ਤੇ ਸਿਰਫ ਭੂਤੀਆ ਬੰਗਲਾ ਹੀ ਆਏ ਸੀ ਸਾਰਾ ਉਜਾੜ ਹੀ ਉਜਾੜ ਮੈਂ ਅੰਦਰ ਗਿਆ ਸੀ ਵਾਸ਼ਰੂਮ ਵਾਲੀ ਸਾਈਡ ਤੇ ਕੁਝ ਹੈ ਹੀ ਨਹੀਂ ਅੰਦਰ ਨਾ ਰੈਸਟੋਰੈਂਟ ਚੱਜਦਾ ਸੀਗਾ ਤੇ ਹੈਰਾਨੀ ਹੋਈ ਵੇਖ ਕੇ ਪਹਿਲੀ ਵਾਰ ਕੀ ਯਾਰ ਇਹ ਕੀ ਚੀਜ਼ ਵਾ ਨਾ ਕੋਈ ਬੰਦਾ ਤੁਰਿਆ ਜਾਂਦਾ ਦੇਖਦਾ ਇੱਥੇ ਨਾ ਕੁਝ ਹੋਰ ਲਵਸ ਟਰੈਵਲ ਸਟਾਪ ਤੇ ਰੁਕਣ ਦੀ ਆਦਤ ਪੈ ਗਈ ਹੈ ਨਾ ਉੱਥੇ ਰੌਣਕਾਂ ਹੀ ਲੱਗੀਆਂ ਰਹਿੰਦੀਆਂ ਬੜੀ ਕਲੀਨ ਲੀਲਾ ਸਾ ਉੱਥੇ ਬਹੁਤ ਕਲੀਨ ਆ ਬਹੁਤ ਜ਼ਿਆਦਾ ਉੱਥੇ ਲਵਸ ਜਿਹੜਾ ਬਹੁਤ ਕਲੀਨ ਆ ਸਟਾਪ ਜਿਹੜਾ ਵਾ ਬੜੀ ਸਫਾਈ ਰੱਖਦੇ ਆ ਹਾਂ ਇੱਕ ਦੋ ਮੈਨੂੰ ਮਿਲੇ ਆ ਜਿਹੜੇ ਇੱਕ ਵਾਰ ਮੈਂ ਸਰੀ ਵੱਲ ਨੂੰ ਜਾਂਦਾ ਪਿਆ ਸੀ ਇੱਕ ਦੋ ਟਰੱਕ ਸਟਾਪ ਮਿਲੇ ਆ ਇੱਕ ਹੀ ਮਿਲਿਆ ਸੀਗਾ ਆਈ ਥਿੰਕ ਲਵਸ ਦਾ ਜਦੋਂ ਦਾ ਮੈਂ ਟਰੱਕ ਚਲਾਉਣਾ ਸ਼ੁਰੂ ਕੀਤਾ ਮੈਨੂੰ ਇੱਕ ਮਿਲਿਆ ਸੀਗਾ ਜਿਹੜਾ ਕਿ ਟੁੱਟਾ ਫੁੱਟਾ ਸੀਗਾ ਹਨਾ ਪਾਰਕਿੰਗਾਂ ਟੁੱਟੀਆਂ ਸੀਗੀਆਂ ਹਨਾ ਜਾਂ ਸਿਟੀ ਤੇ ਡਿਪੈਂਡ ਕਰਦੇ ਨਾ ਕਈ ਯਾਰ ਨਾ ਸਿਟੀ ਵਾਲੇ ਜਿੱਦਾਂ ਰੈਵੀਨਿਊ ਨਹੀਂ ਜਨਰੇਟ ਹੁੰਦਾ ਜ਼ਿਆਦਾ ਜਾਂ ਕੁਝ ਇੱਦਾਂ ਹੋ ਸਕਦਾ ਹਨਾ ਕੁਝ ਨਾ ਕੁਝ ਜਾਂ ਜਿਹਦੇ ਕੋਲ ਫਰੈਂਚਾਈਜ਼ੀ ਆ ਹਨਾ ਲਵਜ਼ ਦੀ ਓਨਰ ਦੀ ਕੰਡੀਸ਼ਨ ਨਹੀਂ ਸਹੀ ਹੋਊਗੀ ਓਨਰ ਕੋਲ ਪੈਸਾ ਨਹੀਂ ਹੋਊਗਾ ਹਨਾ ਇੱਕ ਬੰਦੇ ਦੇ ਅੰਡਰ ਨਹੀਂ ਆਈ ਥਿੰਕ ਹੁੰਦਾ ਹੋਊਗਾ ਇਹ ਫਰੈਂਚਾਈਜ਼ੀ ਬਾਏ ਕਰਦੇ ਹੋਣਗੇ ਆਈ ਥਿੰਕ ਸੋ ਬਾਕੀ ਪਤਾ ਨਹੀਂ ਜੇ ਕਿਸੇ ਨੂੰ ਪਤਾ ਜ਼ਰੂਰ ਦੱਸ ਸਕਣ ਕਮੈਂਟ ਦੇ ਵਿੱਚ ਜਿਵੇਂ ਮੈਕਡੋਨਲਡ ਹੋ ਗਿਆ ਟਿਮ ਹੋਟਨਸ ਹੋ ਗਿਆ ਹਨਾ ਇਹ ਫਰੈਂਚਾਈਜ਼ੀਆਂ ਬਾਏ ਕਰ ਲੈਂਦੇ ਆ ਹਨਾ ਲੋਕੀ ਮੇਰੇ ਵਰਗੇ ਜਿੱਦਾਂ ਹਨਾ ਜਿਹੜੇ ਏਰੀਆ 'ਚ ਮੈਂ ਰਹਿੰਦਾ ਜੇ ਮੈਂ ਕਹਾਂ ਕਿ ਹਾਂ ਵੀ ਮੈਨੂੰ ਫਰੈਂਚਾਈਜ਼ੀ ਚਾਹੀਦੀ ਆ ਤੁਹਾਡਾ ਲੋਗੋ ਚਾਹੀਦਾ ਹਨਾ ਮੈਨੂੰ ਨਾਲੇ ਦਾ ਮੈਕਡੋਨਲਡ ਵਾਲਿਆਂ ਨੂੰ ਕਹਿ ਦਾਂਗੇ ਮੈਨੂੰ ਤੁਹਾਡਾ ਲੋਗੋ ਚਾਹੀਦਾ ਹਨਾ ਤੁਹਾਡੇ ਨਾਮ ਦੇ ਅੰਡਰ ਮੈਂ ਆਪਣਾ ਬਿਜ਼ਨਸ ਕਰਨਾ ਹਨਾ ਸਾਰਾ ਸਟੱਫ ਵਗੈਰਾ ਸਾਰਾ ਜੋ ਵੀ ਇਹਨਾਂ ਦਾ ਪ੍ਰੋਡਕਟ ਵਗੈਰਾ ਸਾਰਾ ਕੁਝ ਜਿਹੜਾ ਵੀ ਜੋ ਵੀ ਆਊਗਾ ਹਨਾ ਸਾਰਾ ਹੋਊਗਾ ਉਹਨਾਂ ਦਾ ਹਨਾ ਮੈਕਡੋਨਲਡ ਦਾ ਬਸ ਆਪਾਂ ਸੇਲ ਕਰਨੀ ਆ ਮੇਨਟੇਨ ਕਰਨਾ ਸਾਰਾ ਕੁਝ ਆਪਣਾ ਸਾਰੀ ਜ਼ਿੰਮੇਵਾਰੀ ਆਪਣੀ ਬਾਕੀ ਸੋ ਇਹ ਚੀਜ਼ਾਂ ਹੁੰਦੀਆਂ ਪੇ ਵੀ ਆਪਾਂ ਕਰਨਾ ਹੁੰਦਾ ਤੇ ਬਸ ਉਹਨੇ ਮੈਕਡੋਨਲਡ ਨੇ $3,00,000 $4,00,000 ਜਿੰਨੇ ਲੱਖ ਦੀ ਫਰੈਂਚਾਈਜ਼ੀ ਆ ਨਾ ਵੇਚ ਰਹੇ ਆ ਉਨੇ ਲੱਖ ਡਾਲਰ ਸਾਡੇ ਕੋਲ ਲੈ ਲੈਣਾ ਤੇ ਮਹੀਨੇ ਦੇ ਮਹੀਨੇ ਵੀ ਉਹਨਾਂ ਨੇ ਲਈ ਜਾਣਾ ਪਤਾ ਨਹੀਂ ਸਾਲ ਬਾਅਦ ਲੈਂਦੇ ਆ ਜਾਂ ਕੀ ਸਿਸਟਮ ਆ ਤੇ ਏਦਾਂ ਉਹਨਾਂ ਨੇ ਪੈਸੇ ਲੈਣੇ ਆ ਸੋ ਏਦਾਂ ਇਹਨਾਂ ਦਾ ਟਰੱਕ ਸਟਾਪਾਂ ਦਾ ਵੀ ਆਈ ਥਿੰਕ ਏਦਾਂ ਹੀ ਹੋਊਗਾ ਤੇ ਤੁਸੀਂ ਆਹ ਦੇਖੋ ਤੁਸੀਂ ਹਨਾ ਸਾਈਡਾਂ ਦੇ ਜਿਹੜੇ ਦਰਖਤ ਵਾ ਰੰਗ ਬਰੰਗੇ ਜੇ ਆ ਕਿੱਡੇ ਘੈਂਟ ਲੱਗਦੇ ਪਏ ਆ ਰੰਗ ਬਰੰਗੇ ਜੇ ਇਹਨਾਂ ਦੇ ਹਨਾ ਕੋਈ ਲਾਲ ਰੰਗ ਦਾ ਕੋਈ ਪੀਲੇ ਰੰਗ ਦਾ ਸੋ ਇਹ ਚੀਜ਼ ਵਧੀਆ ਲੱਗਦੀ ਆ ਆਪਾਂ 4 ਫਲੈਸ਼ਰ ਲਾ ਲੈਣੇ ਆ ਕਿਉਂਕਿ ਆਪਣਾ ਟਰੱਕ ਜਿਹੜਾ ਆਪਾਂ ਹਿੱਲ ਚੜਦਾ ਪਿਆ ਵਾ ਤੇ ਜਦੋਂ ਸਪੀਡ 40-50 ਦੇ ਆਸ ਪਾਸ ਆ ਜਾਂਦੀ ਹੈ ਨਾ ਸਲੋ ਆ ਜਾਂਦੀ ਆ 50 ਤੋਂ ਥੱਲੇ ਮੈਂ ਵੈਸੇ 55 ਤੋਂ ਥੱਲੇ ਆ ਜੇ ਜਦੋਂ 50 ਦੇ ਲਾਗੇ ਛੱਗੇ ਨਾ ਮੈਂ ਉਦੋਂ 4 ਫਲੈਸ਼ਰ ਲਾ ਦਿੰਦਾ ਹੁੰਦਾ ਕਿ ਹਾਂ ਪਿਛਲੇ ਪਤਾ ਲੱਗ ਜਾਏ ਟ੍ਰੈਫਿਕ ਨੂੰ ਕਿ ਹਾਂ ਵੀ ਸਲੋ ਵਹੀਕਲ ਜਾ ਰਿਹਾ ਸੋ ਜੇ ਅਪ ਹਿੱਲ ਆਈ ਹੈ ਨਾ ਡਾਊਨ ਹਿੱਲ ਵੀ ਆਊਗੀ ਸੋ ਜਿੱਥੇ ਡਾਊਨ ਹਿੱਲ ਆਊਗੀ ਉੱਥੇ ਆਪਾਂ ਇੰਜਨ ਬ੍ਰੇਕ ਦੀ ਵਰਤੋਂ ਕਰਨੀ ਆ ਇੰਜਨ ਬ੍ਰੇਕ ਦੇ ਆਸਰੇ ਆਪਾਂ ਜਾਵਾਂਗੇ ਡਾਊਨ ਹਿੱਲ ਤੇ ਤੇ ਜਿੱਥੇ ਮੈਂ ਡਿਲੀਵਰੀ ਕਰਨੀ ਆ ਹਨਾ ਉਹ ਰਹਿ ਗਿਆ ਥੋੜਾ ਹੀ ਬਟ ਉਸ ਤੋਂ ਪਹਿਲਾਂ ਮੈਨੂੰ ਇਦਾਂ ਕਿਉਂਕਿ ਹੁਣ ਸ਼ਾਮਾਂ ਦੇ ਟਾਈਮ ਪਹੁੰਚਣਾ ਕੱਲ੍ਹ ਸਵੇਰੇ ਜਾ ਕੇ ਆ ਹਨਾ 13-14 ਘੰਟੇ ਬਾਅਦ ਮੈਂ ਡਿਲੀਵਰੀ ਕਰਨੀ ਆ ਸੋ ਆਪਾਂ ਨੂੰ ਰੀਫਰ ਦੇ ਵਿੱਚ ਤੇਲ ਭਰਾਉਣਾ ਪੈਣਾ ਰੀਫਰ ਦੀ ਟੈਂਕੀ ਫੁੱਲ ਕਰਨੀ ਪੈਣੀ ਆਪਾਂ ਨੂੰ ਲਵਸ ਟਰੈਵਲ ਸਟਾਪ ਆਉਣਾ ਘੰਟੇ ਕਿਤੇ ਰਾਹ ਦੇ ਉੱਥੋਂ ਰੀਫਰ ਦੀ ਟੈਂਕੀ ਫੁੱਲ ਕਰਾਂਗੇ ਇਹ ਨਾ ਹੋਵੇਗੀ ਸਵੇਰੇ ਉੱਠੀਏ ਤੇ ਪਤਾ ਲੱਗੇ ਕਿ ਰੀਫਰ ਬੰਦ ਪਿਆ ਆਪਣਾ ਸੋ ਆਪਾਂ ਇਹਨੂੰ ਅਵੋਇਡ ਕਰਨਾ ਆਪਾਂ ਹੁਣ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਤੇ ਰੀਫਰ ਦੀ ਟੈਂਕੀ ਫੁੱਲ ਕਰਨੀ ਆਪਣੇ ਕੋਲ ਖੁੱਲਾ ਟਾਈਮ ਆ ਕੋਈ ਚੱਕਰ ਹੀ ਨਹੀਂ ਆਪਾਂ ਨੂੰ ਆਹ ਜਿਹੜੇ ਭੱਜੇ ਭੱਜੇ ਜਾਂਦੇ ਆ ਇਹ ਖਾਲੀ ਹੋਣੇ ਟ੍ਰੇਲਰ ਹਨਾ ਤਾਂ ਹੀ ਉਹ ਨਿਕਲਦੇ ਆ ਆਪ ਹਿੱਲ ਦੇ ਉੱਤੇ ਹੀ ਸੋ ਚਲੋ ਹੁਣ ਡਾਊਨ ਹਿੱਲ ਦੇਖਦੇ ਆ ਕਿੱਡੀ ਕੁ ਲੰਬੀ ਆਉਂਦੀ ਆ ਲਓ ਜੀ ਆਪਾਂ ਆ ਗਏ ਪਹਾੜੀ ਦੇ ਪੂਰਾ ਟੌਪ ਤੇ ਠੀਕ ਆ ਪੂਰੇ ਟੌਪ ਤੇ ਆ ਗਏ ਆਪਾਂ ਪਹਾੜੀ ਦੇ ਹੁਣ ਆਪਾਂ ਰੇਸ ਕੰਟਰੋਲ ਚ ਕਰ ਲੈਣੀ ਪਹਿਲਾਂ ਹੀ ਕੰਟਰੋਲ ਚ ਕਰ ਲੈਣੀ ਰੇਸ 55 ਕਦੇ ਰੱਖ ਲੈਣੀ ਆਪਾਂ ਹਨਾ ਇਹਦੀ ਰੇਸ ਉਦਾਂ ਜੋਨ ਤੇ ਕਾਫੀ ਆ ਹਨਾ ਬਟ ਮੈਨੂੰ ਲੱਗਦਾ ਇਹ ਥੋੜੀ ਆ ਡਾਊਨ ਹਿੱਲ ਇੱਕ ਹੋਰ ਆਊਗੀ ਇੱਕ ਹੱਪ ਹਿੱਲ ਹੋਰ ਆਊਗੀ ਹਾਂ ਇਹ ਥੋੜੀ ਆ ਡਾਊਨ ਹਿੱਲ ਜ਼ਿਆਦਾ ਲੰਬੀ ਨਹੀਂ ਆ ਤੇ ਕੱਪ ਹੀ ਲਾਹੌਰ ਆਊਗੀ ਸਾਹਮਣੇ ਜਾ ਕੇ ਸੋ ਇਹੀ ਕੁਝ ਚੱਲਦਾ ਰਹਿੰਦਾ ਇਹਨਾਂ ਰੋਡਾਂ ਦੇ ਉੱਤੇ ਖਾਸ ਕਰਕੇ ਹਨਾ ਨਿਊ ਜਰਸੀ ਵਾਲੀ ਸਾਈਡ ਨੂੰ ਆਉਂਦੇ ਆ ਹਨਾ ਪੈਨਸਲਵੇਨੀਆ ਸਟੇਟ ਜਿਹੜੀ ਆ ਸਭ ਤੋਂ ਵੱਧ ਹਿੱਲਾਂ ਪੈਨਸਲਵੇਨੀਆ ਦੇ ਵਿੱਚ ਹੀ ਆਉਂਦੀਆਂ ਲੱਗਦਾ ਮੈਨੂੰ ਤੇ ਬਾਕੀ ਉੱਧਰ ਨਾਰਥ ਕੈਰੋਲਾਈਨਾ ਜਾਂਦੇ ਆ ਵੈਸਟ ਵਰਜੀਨੀਆ ਦੀਆਂ ਹਿੱਲਾਂ ਵੀ ਬਹੁਤ ਜ਼ਿਆਦੀਆਂ ਆ ਬੂਟਿਆਂ ਦੇ ਰੰਗ ਦੇਖ ਕੇ ਨਾ ਵਧੀਆ ਜਿਹਾ ਫੀਲ ਹੁੰਦਾ ਰੰਗ ਬਿਰੰਗੇ ਜੇ ਬੂਟੇ ਆ ਸਾਈਡਾਂ ਚੈੱਕ ਕਰ ਸਕਦੇ ਆ ਤੁਸੀਂ ਬਿਜ਼ੀ ਹੋ ਗਿਆ ਅੱਜ ਸੰਡੇ ਦਾ ਦਿਨ ਵਾ ਤਾਂ ਵੀ ਬਿਜ਼ੀ ਹੋ ਗਿਆ ਹਾਈਵੇ ਇੰਨਾ ਬਿਜ਼ੀ ਨਹੀਂ ਹੋਣਾ ਚਾਹੀਦਾ ਸੀਗਾ ਐਕਸਪੈਕਟ ਨਹੀਂ ਸੀ ਕੀਤਾ
ਹੁਣ ਆਈ ਆ ਡਾਊਨ ਹਿੱਲ ਹੁਣ ਆਈ ਆ ਲੰਬੀ ਡਾਊਨ ਹਿੱਲ ਹੁਣ ਇੰਜਨ ਬ੍ਰੇਕ ਦਾ ਇਸਤੇਮਾਲ ਕਰਨਾ ਮੈਂ ਆ ਤੁਸੀਂ ਸਾਈਡਾਂ ਤੇ ਦੇਖਿਓ ਪੀਲੇ ਜਿਹੇ ਬੋਰਡ ਲੱਗੇ ਹੁੰਦੇ ਆ ਨਾ ਵੀ ਆਹ ਕਰਬ ਜਿਹੜੀ ਆ ਇੰਨੀ ਸਪੀਡ ਦੀ ਲਿਮਿਟ ਇੱਥੇ ਰੱਖਣੀ ਆ ਆਹੜਾ ਸਾਈਡ ਤੇ ਇੱਕ ਬੋਰਡ ਲੱਗਣ ਲੱਗਾ ਇੱਥੇ ਲਿਖਿਆ 60 ਮਾਈਲ ਪਰ ਆਵਰ ਠੀਕ ਆ ਆਹੜਾ ਇਹਦੇ ਲਿਖਿਆ 60 ਮਾਈਲ ਪਰ ਆਵਰ ਤੇ ਇਹ ਫੋਗ ਏਰੀਆ ਵੀ ਆ ਮਤਲਬ ਕਿ ਰਾਤ ਦੇ ਟਾਈਮ ਦੇ ਜਾਂ ਹਨੇਰ ਦੇ ਟਾਈਮ ਦੇ ਇੱਥੇ ਬਹੁਤ ਜ਼ਿਆਦਾ ਧੁੰਦ ਵੀ ਪੈਂਦੀ ਆ ਤੇ ਸਾਰਾ ਵਿਊ ਜਿਹੜਾ ਬਲੌਕ ਹੋ ਜਾਂਦਾ ਕੁਝ ਵੀ ਨਹੀਂ ਦਿਖਦਾ ਇੱਥੇ ਸੋ ਆਪਾਂ ਇੰਜਨ ਬ੍ਰੇਕ ਦੇ ਆਸਰੇ ਨੀਚੇ ਜਾ ਰਹੇ ਹਾਂ ਤੇ ਜਿੰਨੀ ਲੰਬੀ ਆਪਾਂ ਚੜ ਕੇ ਆਏ ਆ ਨਾ ਹਿੱਲ ਓਨੀ ਲੰਬੀ ਥੱਲੇ ਵੀ ਆਣੀ ਆ ਇਹ ਸਪੀਡ ਆਟੋਮੈਟਿਕਲੀ ਵੱਧਦੀ ਰਹਿੰਦੀ ਆ ਬਟ ਮੈਂ ਇੰਜਨ ਬ੍ਰੇਕ ਦੇ ਨਾਲ ਕੰਟਰੋਲ ਕਰਦਾ ਰਹਿੰਦਾ ਨਾਲ ਨਾਲ ਕਈ ਵਾਰ ਇੱਕ ਨੰਬਰ ਲੈਵਲ ਤੇ ਲਾ ਦਈਦੀ ਆ ਕਈ ਵਾਰ ਦੋ ਨੰਬਰ ਲੈਵਲ ਤੇ ਲਾ ਦਈਦੀ ਆ ਕਈ ਵਾਰ ਤਿੰਨ ਤੇ ਲਾਉਣੀ ਪੈ ਜਾਂਦੀ ਆ ਉਹ ਕਾਫੀ ਲੰਬੀ ਆ ਡਾਊਨ ਹਿੱਲ ਤੁਸੀਂ ਦੇਖ ਸਕਦੇ ਆ ਹਨਾ ਕਦੋਂ ਦੀ ਸ਼ੁਰੂ ਹੋਈ ਆ ਅਜੇ ਤੱਕ ਚੱਲੀ ਜਾਣੀ ਇਹਨੇ ਕਾਫੀ ਟਾਈਮ ਤੱਕ ਚੱਲੂਗੀ ਇਹ ਸੋ ਇਹ ਚੀਜ਼ਾਂ ਬੜੀਆਂ ਦੇਖਣ ਨੂੰ ਮਿਲਦੀਆਂ ਜਦੋਂ ਸਨੋਅ ਦੇ ਵਿੱਚ ਤਾਂ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪੈਂਦਾ ਸਨੋਅ ਦੇ ਵਿੱਚ ਜਿੱਦਾਂ ਯਾਰ ਹੁਣ ਆਪਾਂ 60 ਦੀ ਸਪੀਡ ਤੇ ਟਰੱਕ ਲੈ ਕੇ ਆਏ ਆ ਨਾ ਸਨੋਅ ਦੇ ਵਿੱਚ ਨਾ 40-45 ਦੀ ਸਪੀਡ ਤੇ ਆਪਾਂ ਟਰੱਕ ਲੈ ਕੇ ਜਾਣਾ ਪੈਣਾ ਆਪਾਂ ਨੂੰ 40 ਦੀ ਸਪੀਡ ਤੇ 45 ਕਿਉਂਕਿ ਇਹਨੇ ਅਪ ਕਰੀ ਜਾਣੀ ਆ ਸਪੀਡ ਅਪ ਕਰੀ ਜਾਣੀ ਆ ਤੇ ਜੇ 60 ਤੋਂ ਅਪ 60 ਦੇ ਆਪਾਂ ਲੈ ਕੇ ਆਉਂਦੇ ਆ 60 ਤੋਂ ਅਪ ਹੋ ਗਈ ਸਪੀਡ ਕੰਟਰੋਲ ਨਹੀਂ ਹੋਣਾ ਟਰੱਕ ਦੀ ਵੀ ਆਪਣੇ ਕੋਲੋਂ ਸੋ 40-45 ਦੀ ਸਪੀਡ ਦੇ ਉੱਤੇ ਟਰੱਕ ਲੈ ਕੇ ਆਉਣਾ ਆਪਾਂ ਨੂੰ ਪੈਣਾ 40 ਦੀ ਸਪੀਡ ਤੇ ਉਦੋਂ ਆਪਾਂ ਨੂੰ ਨਾਲ ਦੀ ਨਾਲ ਕੰਟਰੋਲ ਕਰਨਾ ਪੈਣਾ ਕਿਉਂਕਿ 40 ਦੀ ਸਪੀਡ ਬਹੁਤ ਜ਼ਿਆਦਾ ਨਹੀਂ ਹੁੰਦੀ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਈਜ਼ੀਲੀ ਪੈਰ ਵਾਲੀ ਬ੍ਰੇਕ ਦੱਬ ਕੇ ਵੀ ਕਰ ਸਕਦੇ ਆ ਆਪਾਂ ਥੋੜਾ ਥੋੜਾ ਤੇ ਥੋੜੀ ਥੋੜੀ ਇੰਜਨ ਬ੍ਰੇਕ ਲਾ ਕੇ ਵੀ ਕਰ ਸਕਦੇ ਆ ਸੋ ਸੇਫਟੀ ਆਪਣੇ ਹੱਥ ਵਸ ਵਾ ਨਹੀਂ ਗੁੱਡ ਹੈਗਾ ਵੈਦਰ ਜੇ ਨਹੀਂ ਡਰਾਈਵ ਹੋ ਸਕਦੀ 40 ਤੇ ਵੀ ਨਹੀਂ ਹੋ ਸਕਦੀ ਕੰਪਨੀ ਨੂੰ ਮੈਸੇਜ ਕਰੋ ਕਿ ਇਟਸ ਨਾਟ ਸੇਫ ਟੂ ਡਰਾਈਵ ਤੇ ਮੈਂ ਪਾਰ ਕਰਕੇ ਇਹਦੇ ਬੈਠਣ ਲੱਗਾ ਜਦੋਂ ਸਨੋਅ ਚੱਕੀ ਜਾਊਗੀ ਆਪਾਂ ਤੁਰ ਪਾਂਗੇ ਕੰਪਨੀ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਹਾਂ ਜੇ ਤੁਹਾਨੂੰ ਕੋਈ ਮਜਬੂਰੀ ਆ ਤੁਸੀਂ ਕਹਿਣਾ ਪੀਆਰ ਲਾਈ ਆ ਕੰਪਨੀ ਧਮਕੀਆਂ ਦੇਊਗੀ ਬਟ ਉੱਥੇ ਵੀ ਤੁਸੀਂ ਖੜ ਸਕਦੇ ਆ ਕਿ ਹਾਂ ਵੀ ਡੇਂਜਰਸ ਆ ਰਿਸਕੀ ਆ ਤੇ ਆਪਾਂ ਨਹੀਂ ਕਰ ਸਕਦੇ ਬਾਕੀ ਤੁਹਾਡੇ ਦੇ ਉੱਤੇ ਡਿਪੈਂਡ ਵਾ ਤੁਸੀਂ ਕੀ ਡਿਸੀਜਨ ਲੈਂਦੇ ਆ ਉਸ ਟਾਈਮ ਤੇ ਸੋ ਮੇਰੇ ਅਕੋਰਡਿੰਗ ਤਾਂ ਮੈਂ ਤਾਂ ਜੇ ਜ਼ਿਆਦਾ ਡੇਂਜਰਸ ਹੋਊਗਾ ਮੈਂ ਤਾਂ ਰੁਕੂੰਗਾ ਮੈਂ ਚੱਲੂੰਗਾ ਨਹੀਂ ਮੈਂ ਮੈਸੇਜ ਕਰਕੇ ਚੱਲੂੰਗਾ ਨਹੀਂ ਮੈਂ ਰੁਕੂੰਗਾ ਇਹੋ ਜਿਹੇ ਵੈਦਰ ਦੇ ਵਿੱਚ ਜੇ ਡੇਂਜਰਸ ਹੋਇਆ ਤਾਂ ਸੋ ਹਲੇ ਤੱਕ ਚੱਲਦਾ ਹੀ ਆ ਰਹੀ ਆ ਹਿੱਲ ਦੂਸਰੇ ਪਾਸੇ ਵਾਲੇ ਨੂੰ ਅਪ ਹਿੱਲ ਪੈ ਰਹੀ ਆ ਦੂਜੇ ਪਾਸੇ ਵਾਲੇ ਆਪ ਨੂੰ ਜਾ ਰਹੇ ਆ ਹਨਾ ਸਲੋ ਸਲੋ ਟਰੱਕ ਦੇ ਯਾਰੀ ਸਲੋ ਹੋ ਜਾਂਦੇ ਹਨਾ ਮੇਰੇ ਵਾਲਾ ਵੀ ਹੋ ਗਿਆ ਸੀ ਤੇ ਲੋਡਡ ਹੁੰਦੇ ਆ ਕੀ ਕਰਨ ਵਿਚਾਰੇ ਆ ਚੱਲੀ ਜਾਂਦੀ ਹਨਾ ਇਹ ਡਾਊਨ ਹਿੱਲ ਸਮੂਥਲੀ ਜਾ ਰਹੀ ਸਮੂਥਲੀ ਮੈਂ 2 ਨੰਬਰ ਲੈਵਲ ਤੇ ਲਾਈ ਹੋਈ ਆ ਇੰਜਨ ਬ੍ਰੇਕ 2 ਨੰਬਰ ਤੇ ਚੱਲੀ ਜਾ ਰਹੀ ਆ ਮੈਂ 60 ਦੇ ਸਪੀਡ ਸਿਲੈਕਟ ਸੈਟ ਕੀਤੀ ਹੋਈ ਹੈ ਇਹਦੀ 60 ਸਪੀਡ ਹਨਾ 60 ਤੇ ਚੱਲੀ ਜਾ ਰਹੀ ਇੰਜਨ ਬ੍ਰੇਕ ਲਾ ਕੇ ਸਪੀਡ ਆਪਣੀ ਹੋ ਰਹੀ ਕਿਉਂਕਿ ਇੰਜਨ ਬ੍ਰੇਕ 2 ਨੰਬਰ ਲੈਵਲ ਤੇ ਕੰਮ ਕਰ ਰਹੀ ਆ ਵਧੀਆ ਕੰਮ ਕਰ ਰਹੀ ਆ ਜੇ ਹੁਣ ਆਪ ਹੋਊਗੀ ਥੋੜੀ ਬਹੁਤ ਵੀ ਮੈਂ 3 ਨੰਬਰ ਲੈਵਲ ਤੇ ਕਰ ਦੂੰਗਾ ਇਹਨੂੰ ਸੋ ਚੱਲੀ ਜਾ ਰਿਹਾ ਚਲੋ ਹੁਣ ਆਪਾਂ ਟੈਂਕ ਫੁੱਲ ਕਰਾਉਣੇ ਆ ਬਸ ਸਟਾਪ ਆ ਹੀ ਚੱਲਿਆ ਸਟਾਪ ਆਪਾਂ ਨੂੰ ਟਰੱਕ ਸਟਾਪ ਲਫਸ ਦਾ ਤੇ ਟੈਂਕ ਫੁੱਲ ਕਰਾਵਾਂਗੇ ਉਹਦਾ ਆਪਣਾ ਰੀਫਰ ਦਾ ਤੇ ਫਿਰ ਜਿੱਥੇ ਸੋਣਾ ਵਾ ਹਨਾ ਜਿਹੜੀ ਲੋਕੇਸ਼ਨ ਤੇ ਜਾਣਾ ਵਾ ਫਲਾਈਂਗ ਜਿਹਦੇ ਫਿਰ ਉੱਥੇ ਪਹੁੰਚਾਂਗੇ ਆਪਣੇ ਟਿਕਾਣੇ ਦੇ ਆਈ ਹੋਪ ਕਿ ਜਗ੍ਹਾ ਹੋਊਗੀ ਪੱਕੀ ਹੋਊਗੀ ਜਗ੍ਹਾ ਤੇ ਪੇੜ ਵਾਲੀਆਂ ਨਾ ਹੁਣ ਉੱਥੇ ਪਾਰਕਿੰਗਾਂ ਬਾਕੀ ਕੋਈ ਚੱਕਰ ਨਹੀਂ ਆਪਾਂ ਨੂੰ ਕਰਤੀ ਫੀਲਿੰਗ ਸ਼ੁਰੂ ਇੱਥੇ ਨਾਲੇ ਨਾਲ ਪਤਾ ਲੱਗਦਾ ਰਹਿਣਾ ਆਪਾਂ ਨੂੰ ਕਿੰਨਾ ਕੁ ਭਰਿਆ ਹਾਂ ਇਹਨੇ ਫੁੱਲ ਤੇ ਆ ਜਾਣਾ ਇੱਥੇ ਇੰਨਾ ਕੁ ਟੈਂਕ ਹੁੰਦਾ ਇਹ ਬਸ ਮੇਰੇ ਖਿਆਲ ਨਾਲ 100 ਕੁ ਗੈਲਣਾਂ ਪੈਂਦੀਆਂ ਨੇ 100 ਤੋਂ ਵੀ ਘੱਟ ਪੈਂਦੀਆਂ ਨੇ ਇਹਦੇ ਵਿੱਚ ਟੋਟਲ 2-250 ਲੀਟਰ ਪੈਂਦਾ ਨਾ ਤੇਲ ਤੇ ਕਈਆਂ ਦੇ ਹੁੰਦੇ ਪੂਰੇ ਪੂਰੇ ਭਰੇ ਪੂਰੇ ਉਹ ਐਂਡ ਤੱਕ ਹੁੰਦੇ ਆ ਪੰਪ ਕਈ ਬੜੇ ਵੱਡੇ ਹੁੰਦੇ ਪੰਪ ਬਟ ਮਤਲਬ ਕਿ ਟੈਂਕ ਮੈਂ ਪੰਪ ਕਹੀ ਜਾਂਦਾ ਕਈ ਬੜੇ ਵੱਡੇ ਹੁੰਦੇ ਟੈਂਕ ਸੋ ਫੁੱਲ ਵਾ ਥੋੜ੍ਹਾ ਜਿਹਾ ਬਸ ਠੀਕ ਆ ਹੁਣ ਨਹੀਂ ਲੋੜ ਪੈਣੀ ਆਪਾਂ ਘਰ ਜਾਂਦਿਆਂ ਤੱਕ ਕਿਉਂਕਿ ਕੱਲ੍ਹ ਵੀ ਜਿਹੜਾ ਲੋਡ ਚੱਕ ਕੇ ਲੈ ਕੇ ਜਾਣਾ ਆਪਾਂ ਕੱਲ੍ਹ ਵੀ ਰੀਫਰ ਦਾ ਲੋਡ ਚੱਕ ਕੇ ਲੈ ਕੇ ਜਾਣਾ
ਤੇ ਜੇ ਲੋੜ ਪੈ ਗਈ ਭਰਾਉਣ ਦੀ ਤਾਂ ਬ੍ਰੈਂਪਟਨ ਜਾ ਕੇ ਭਰਾ ਲਾਂਗੇ, ਨਹੀਂ ਤਾਂ ਓਕੇ ਆ। ਚਲੋ ਨਿਕਲੀਏ ਹੁਣ ਇੱਥੋਂ ਆਪਾਂ, ਹੁਣ ਟਿਕਾਣੇ 'ਤੇ ਚੱਲੀਏ ਜਿੱਥੇ ਆਪਾਂ ਆਪਣਾ ਅੱਜ ਦੀ ਸਲੀਪ ਪਾਉਣੀ ਆ। ਰਸਤੇ ਜਾਂਦੇ ਆਉਂਦੇ ਨਾ ਇੱਕ ਨਾ ਬੜਾ ਵਧੀਆ ਏਰੀਆ ਜਿਹਾ ਆਇਆ ਜਿਹੜਾ, ਅਤੇ ਮੈਂ ਕਿਹਾ ਤੁਹਾਨੂੰ ਦਿਖਾਉਂਦੇ ਹਾਂ ਨਾ ਜੰਨਤ ਵਾਹਣਾ। ਆਹ ਗੇੜੇ ਦੇ ਉੱਤੇ ਇੱਕ ਪਿਛਲਾ ਗੇੜਾ ਅਤੇ ਇੱਕ ਆਹ ਗੇੜਾ ਹੈ ਨਾ, ਦੋਨਾਂ ਗੇੜਿਆਂ ਦੇ ਉੱਤੇ ਤਾਂ ਵਿਊ ਬੜੇ ਵਧੀਆ ਵੇਖਣ ਨੂੰ ਮਿਲਦੇ ਪਏ ਆ। ਆਹ ਛੋਟੇ ਛੋਟੇ ਜਿਹੇ ਪਿੰਡ ਵਾ ਹੈ ਨਾ, ਨਿੱਕੇ ਨਿੱਕੇ ਜਿਹੇ ਘਰ ਬਣਾਏ ਆ, ਮੋਸਟਲੀ ਘਰਾਂ ਦੇ ਵਿੱਚ ਜੰਗਾਲ ਜਿਹਾ ਲੱਗਾ ਹੈ ਨਾ ਡੋਰਾਂ ਦੇ ਉੱਤੇ, ਅਤੇ ਮਤਲਬ ਕਿ ਇੱਥੋਂ ਪਤਾ ਲੱਗਦਾ ਕਿ ਇਹ ਪੁਰਾਣੇ ਆ, ਅਤੇ ਦੋ ਚਾਰ ਮੈਂ ਟਾਂਗੇ ਵੀ ਚੱਲਦੇ ਦੇਖੇ ਸੀਗੇ ਇਸ ਰੋਡ ਦੇ ਉੱਤੇ, ਤੇ ਮਤਲਬ ਕਿ ਇਹ ਪੁਰਾਣੇ ਜਿਹੇ ਪਿੰਡ ਵਾ, ਉੱਤੋਂ ਹੈਗਾ ਸਿੰਗਲ ਰੋਡ ਵਾ ਨਾ, ਇੱਥੇ ਲਿਖਿਆ ਵੀ ਆ ਕਿ ਹਾਂ ਵੀ ਪਾਸ ਵਿਦ ਕੇਅਰ, ਕਿ ਹਾਂ ਵੀ ਪਾਸ ਕਰ ਸਕਦੇ ਹਾਂ ਤੁਸੀਂ ਕੇਅਰ ਦੇ ਨਾਲ, ਹੈ ਨਾ ਵਧੀਆ ਤਰੀਕੇ ਦੇ ਨਾਲ ਮਤਲਬ ਕਿ ਸੇਫ ਵੇਖ ਕੇ। ਬਟ ਪਿੱਛੇ 20-25 ਗੱਡੀਆਂ ਦੀ ਲਾਈਨ ਲੱਗੀ ਆਈ ਸੀਗੀ, ਤੇ ਉਹਨਾਂ ਨੇ ਪਾਸ ਤੱਕ ਨਹੀਂ ਕੀਤਾ, ਇੱਧਰੋਂ ਕੋਈ ਵਹੀਕਲ ਵੀ ਨਹੀਂ ਹੁੰਦਾ ਸੀ ਤਾਂ ਵੀ ਨਹੀਂ ਪਾਸ ਕੀਤਾ ਸੀ। ਮਤਲਬ ਕਿ ਇੰਨਾ ਪੇਸ਼ੈਂਸ ਹੈਗਾ ਇੱਥੇ ਲੋਕਾਂ ਦੇ ਵਿੱਚ, ਇਸ ਏਰੀਏ ਦੇ ਲੋਕਾਂ ਦੇ ਵਿੱਚ। ਛੋਟਾ ਜਿਹਾ ਪਿੰਡ ਜਿਹਾ ਕੋਈ ਪਤਾ ਨਹੀਂ ਕਿਹੜਾ ਵਾ, ਤੇ ਮੈਂ ਜਾਣਾ ਤੇ ਵੱਡੇ ਹਾਈਵੇ ਰਾਹੀਂ ਸੀਗਾ, ਤੇ ਉਹ ਜੇ ਮੈਂ ਵੱਡੇ ਹਾਈਵੇ ਰਾਹੀਂ ਜਾਂਦਾ ਉਹਨੇ ਸਿੱਧਾ ਮੈਨੂੰ ਡਿਲੀਵਰੀ ਲੋਕੇਸ਼ਨ ਤੇ ਲੈ ਜਾਣਾ ਸੀ ਹੈ ਨਾ, ਤੇ ਬਟ ਮੈਂ ਟਰੱਕ ਸਟੋਪ ਦੂਸਰੇ ਹਾਈਵੇ ਦੇ ਲੱਭ ਬੈਠਾ, ਕਿਉਂਕਿ ਇੱਧਰਲੇ ਪਾਸੇ ਨਾ ਨਿਊ ਜਰਸੀ ਵਾਲੇ ਪਾਸੇ ਏਦਾਂ ਸਿਸਟਮ ਆ ਕਿ ਟਰੱਕ ਸਟੋਪ ਜਿਹੜੇ ਸ਼ਹਿਰਾਂ ਦੇ ਵਿੱਚ ਵਾ ਜਾ ਕੇ ਉਹਨਾਂ ਦੇ ਉੱਤੇ ਪੇਡ ਪਾਰਕਿੰਗ ਵਾ, ਤੇ ਜੇ ਪੇਡ ਪਾਰਕਿੰਗ ਹੈਗੀਆਂ ਵੀ ਆ ਤਾਂ ਕਈ ਵਾਰ ਮਿਲਦੀਆਂ ਵੀ ਨਹੀਂ, ਭਰੇ ਹੀ ਹੁੰਦੇ ਸਟੋਪ। ਇੱਧਰ ਨਿਊ ਜਰਸੀ ਵਾਲੇ ਪਾਸੇ ਆਪਾਂ ਨੂੰ ਪੰਪਾਂ ਦੇ ਉੱਤੇ ਜਗ੍ਹਾ ਬਹੁਤ ਘੱਟ ਮਿਲਦੀ ਆ, ਸਾਰੇ ਪੇਡ ਹੀ ਹੁੰਦੇ ਆਲਮੋਸਟ, ਹੈ ਨਾ $20 $30 ਇੱਕ ਦਿਨ ਦੇ, ਹੈ ਨਾ। ਅਤੇ ਉਹਨੂੰ ਦੇਖਦੇ ਹੋਏ ਮੈਂ ਪਿੱਛੇ ਹੀ ਇੱਕ ਲੱਭਿਆ ਹੋਇਆ ਹੈ ਨਾ ਫਲਾਇੰਗ ਜੇ, ਅਤੇ ਮੈਂ ਉੱਥੇ ਜਾਊਂਗਾ ਹੁਣ, ਅਤੇ ਸਾਈਡਾਂ ਦੇਖ ਲਓ, ਪੰਜਾਬ ਦੀ ਫੀਲਿੰਗ ਆਉਂਦੀ ਆ ਪੂਰੀ, ਇੱਦਾਂ ਲੱਗਦਾ ਜਿੱਦਾਂ ਨਾ ਪੰਜਾਬ ਆ ਗਏ ਹੁੰਦੇ ਆ, ਐਂ ਪੂਰਾ ਸਿਰਾ ਲੱਗਾ ਪਿਆ। ਹੁਣ ਬਸ ਇਹੀ ਆ ਕਿ ਜਾ ਕੇ ਦੇਖਦੇ ਹਾਂ ਟਰੱਕ ਸਟੋਪ ਕੀ ਸੀਨ ਆ, ਉੱਥੇ ਰੋਟੀ ਪਾਣੀ ਵੀ ਆਪਣਾ ਮੁੱਕਣ ਵਾਲਾ, ਮੈਂ ਟਰੱਕ 'ਚ ਹੀ ਸੁੱਤਾ ਸੀ ਹੈ ਨਾ, ਅਤੇ ਕਿਉਂਕਿ ਅਰਲੀ ਮੋਰਨਿੰਗ ਹੀ ਨਿਕਲਣਾ ਸੀਗਾ, ਅਤੇ ਫਿਰ ਮੈਂ ਟਰੱਕ 'ਚ ਘਰੇ ਗਿਆ ਨਹੀਂ ਹੈ ਨਾ ਕਿੰਨੇ ਦਿਨਾਂ ਦਾ, ਹੁਣ ਘਰੇ ਜਾਊਂਗਾ, ਕੱਲ੍ਹ ਜਾਊਂਗਾ ਘਰੇ, ਕੱਲ੍ਹ ਸੋਮਵਾਰ ਆ ਨਾ, ਕੱਲ੍ਹ ਸਵੇਰੇ ਲੋਡ ਲਾ ਕੇ ਅਤੇ ਫਿਰ ਪਿੱਕ ਕਰਕੇ ਅਤੇ ਵਾਪਸ ਟੋਰਾਂਟੋ ਜਾਊਂਗਾ। ਪਤਾ ਨਹੀਂ ਹੁਣ ਉਹ ਜਿਹੜਾ ਲੋਡ ਜਾ ਕੇ ਫਿਰ ਮੈਨੂੰ ਡਿਲੀਵਰ ਕਰਨਾ ਪਵੇ, ਸ਼ਾਇਦ ਮੰਗਲਵਾਰ ਹੈ ਸਿਟੀ ਦੇ ਵਿੱਚ, ਡਾਊਨ ਨੂੰ ਕੀ ਬਣਦਾ। ਮੈਂ ਤਾਂ ਮੈਸੇਜ ਪਾਇਆ ਵਾ ਕੰਪਨੀ ਨੂੰ ਕਿ ਮੈਂ ਹੁਣ ਵੀਰਵਾਰ ਕੰਮ ਸ਼ੁਰੂ ਕਰੂੰਗਾ, 2 ਦਿਨ ਛੁੱਟੀ ਕਰੂੰਗਾ ਮੰਗਲਵਾਰ ਅਤੇ ਬੁੱਧਵਾਰ ਦੀ, ਬਾਕੀ ਦੇਖੋ ਕੀ ਬਣਦਾ। ਅਤੇ ਬਾਕੀ ਘੈਂਟ ਆ ਨਾ ਸਿਰਾ ਕੰਮ ਆ। ਇੱਥੇ ਇਹ ਵੀ ਲਿਖ ਕੇ ਲਾਇਆ ਕਿ ਇਹਨਾਂ ਏਰੀਆ ਦੇ ਵਿੱਚ ਨਾ ਆਪਾਂ ਇੰਜਨ ਬ੍ਰੇਕਾਂ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਇੰਜਨ ਬ੍ਰੇਕਾਂ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਆ, ਗੜਰ ਗੜਰ ਦੀ ਆਵਾਜ਼ ਆਉਂਦੀ ਆ। ਸੋ ਇਹਨਾਂ ਏਰੀਆ ਦੇ ਵਿੱਚ ਆਹ ਛੋਟੀਆਂ ਛੋਟੀਆਂ ਹਿੱਲਾਂ ਵੀ ਹੈਗੀਆਂ ਇੱਧਰ, ਅਤੇ ਇੱਕਦਮ ਪਿੱਛੇ ਰੋਡ ਲੰਘਿਆ ਸੀ, ਇੱਕਦਮ ਤਾਂ ਨੂੰ ਚੜਾਈਆਂ, 15-15 ਦੀ ਸਪੀਡ 'ਤੇ ਟਰੱਕ ਆਇਆ ਸੀ ਮੇਰਾ, 10 ਦੀ ਸਪੀਡ 15 ਸਪੀਡ ਦੇ। ਇੱਧਰ ਸਨੋਅ ਦੇ ਵਿੱਚ ਔਖਾ, ਸਨੋਅ ਦੇ ਵਿੱਚ ਔਖਾ, ਇੱਧਰ ਛੇਨਾ ਚੂਨਾ ਪਾਉਣੀਆਂ ਪੈਣੀਆਂ ਮੈਨੂੰ ਲੱਗਦਾ ਇੱਧਰਲੇ ਪਾਸੇ ਸਨੋਅ ਦੇ ਵਿੱਚ ਚਲਾਉਣ ਲੱਗਿਆ। ਅਤੇ ਚਲੋ ਕੋਈ ਨਾ ਹੁਣ ਦੇਖਦੇ ਹਾਂ ਮਾਹੌਲ ਚੱਲ ਜਾ ਕੇ ਉੱਥੇ। ਆਹ ਬਾਕੀ ਮੈਨੂੰ ਏਰੀਆ ਬਹੁਤ ਵਧੀਆ ਲੱਗਾ ਯਾਰ, ਇੱਧਰ ਬੰਦਾ ਜੇ ਕਾਫੀ ਸਾਰੇ ਪੈਸੇ ਆ ਜਾਣ ਨਾ ਬੰਦੇ ਕੋਲ, ਹੈ ਨਾ ਕਿ ਇਨਫ ਮਨੀ ਹੋਵੇ, ਅਤੇ ਬੰਦਾ ਘਰ ਜਿਹਾ ਲੈ ਕੇ ਇੱਧਰਲੀ ਸਾਈਡ 'ਤੇ ਇੱਧਰ ਚਿੱਲ ਕਰੇ ਬਸ ਬਸ ਆਪਣਾ, ਹੈ ਨਾ ਕੰਮ ਕੁੰਮ ਕੋਈ ਸਾਈਡ 'ਤੇ ਖੋਲਿਆ ਹੋਵੇ, ਬਸ ਆਪਣਾ ਇੱਧਰ ਚਿੱਲ ਕਰਦਾ ਰਹੇ ਬੰਦਾ। ਆਹ ਵੇਖੋ ਕਿੱਡਾ ਘੈਂਟ ਰੂਟ ਆ, ਰਾਤ ਦੇ ਟਾਈਮ ਦੇ ਇੱਧਰਲੇ ਰੂਟ ਦੇ ਉੱਤੇ ਡਰ ਹੀ ਲੱਗਦਾ ਹੋਣਾ, ਬਹੁਤ ਜ਼ਿਆਦਾ ਡਰ ਲੱਗਦਾ ਹੋਣਾ। ਹਿੰਦੀ ਫਿਲਮਾਂ ਦੇ ਵਿੱਚ ਟਰੱਕ ਗੱਡੀਆਂ ਖਰਾਬ ਹੋ ਜਾਂਦੀਆਂ, ਉਵੇਂ ਦਾ ਰੂਟ ਆਏ। ਉਹ ਵੇਖੋ ਆ ਸਾਈਡ 'ਤੇ ਦੇਖੋ ਬੰਗਲੇ ਜੇ, ਆ ਸਾਈਡ 'ਤੇ ਧਿਆਨ ਮਾਰਿਓ, ਰੋਕ ਕੇ ਵੀਡੀਓ, ਬੰਗਲੇ ਜੇ ਤੁਰੇ ਫਿਰਦੇ ਉੱਥੇ, ਬੰਗਲੇ ਪਤਾ ਨਹੀਂ ਛਤਰ ਮੁਰਗ ਤਰਕੀਆਂ ਸ਼ਾਇਦ, ਟਰਕੀਆਂ ਸ਼ਾਇਦ ਉਹ ਸੀਗੇ। ਅਤੇ ਇਹਨਾਂ ਇੱਦਾਂ ਦੇ ਰੋਡਾਂ ਦੇ ਉੱਤੇ ਨਾ ਗੱਡੀ ਖਰਾਬ ਹੋ ਜਾਂਦੀ ਆ, ਫਿਰ ਇੱਕ ਲਾਗੇ ਲਾਲਟੈਨ ਜੀ ਲੈ ਕੇ ਆਉਂਦਾ ਹੁੰਦਾ ਬੰਦਾ, ਆਓ ਹਮ ਆਪਕੋ ਰੂਮ ਦੇਤੇ, ਏਦਾਂ ਹੈ ਨਾ ਉਵੇਂ ਦਾ। ਆਹ ਦੇਖੋ ਚੰਗਾ ਭਲਾ ਬੰਦਾ ਡਰ ਜੇ,
ਇੱਕ ਤੇ ਲੈਣਾ ਵੀ ਪੂਰੀਆਂ ਪੂਰੀਆਂ ਟਰੱਕ ਚੜਦਾ ਲੈਣ ਦੇ ਉੱਤੇ ਸਾਈਡ ਤੇ ਗਾਰਡ ਰੇਲ ਵਾ ਹਨਾ ਇਹ ਵੀ ਡਰ ਰਹਿੰਦਾ ਕਿ ਸਾਈਡ ਤੇ ਨਾ ਲੱਗ ਜੇ ਬੜੇ ਧਿਆਨ ਨਾਲ ਜਾਣਾ ਪੈਂਦਾ ਇਹੋ ਜਿਹੇ ਰੋਡਾਂ ਦੇ ਉੱਤੇ ਬੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਪੂਰੇ ਪੂਰੀਆਂ ਲਾਈਨਾਂ ਹੁੰਦੀਆਂ ਨਾ ਤੇ ਮੈਨੂੰ ਲੱਗਦਾ ਇੱਧਰਲੇ ਲੋਕਾਂ ਨੇ ਟਰੱਕ ਪਹਿਲੀ ਵਾਰੀ ਵੇਖਿਆ ਜਿਹੜੇ ਹਿਸਾਬ ਨਾਲ ਕਿਉਂਕਿ ਜਦੋਂ ਦਾ ਮੈਂ ਆਇਆ ਵਾਂ ਧਰਮ ਨਾਲ ਇੱਕ ਵੀ ਟਰੱਕ ਨਹੀਂ ਆਇਆ ਇਸ ਰੂਟ ਦੇ ਉੱਤੇ ਸਿਰਫ ਮੈਂ ਹੀ ਤੁਰਿਆ ਜਾਂਦਾ 20-25 ਮਿੰਟ ਦਾ ਰਾਹ ਰਹਿ ਗਿਆ ਬਸ ਲੱਗਦਾ ਮੈਂ ਗਲਤੀ ਕਰ ਲਈ ਇੱਧਰ ਆ ਗਏ ਪਰ ਨਹੀਂ ਗਲਤੀ ਨਹੀਂ ਕੀਤੀ ਵਿਊ ਵਧੀਆ ਵੇਖਣ ਨੂੰ ਮਿਲਿਆ ਮਤਲਬ ਕਿ ਨਵਾਂ ਨਵਾਂ ਏਰੀਆ ਘੁੰਮਣ ਨੂੰ ਮਿਲਦਾ ਜ਼ਰਾ ਫਰਕ ਨਹੀਂ ਪੈਂਦਾ ਸੀ 10 ਕੁ ਮਿੰਟ ਦਾ ਫਰਕ ਪੈਂਦਾ ਸੀ ਬਸ ਉੱਧਰੋਂ ਦੇ ਇੱਧਰੋਂ ਤੇ ਉਹਨੇ ਸਿੱਧਾ ਲੋਕੇਸ਼ਨ ਤੇ ਲੈ ਜਾਣਾ ਸੀ ਤੇ ਇੱਧਰੋਂ ਮੈਂ ਟਰੱਕ ਸਟਾਪ ਤੇ ਜਾਣਾ ਸੀ ਕਿਉਂਕਿ ਹੁਣ 4 ਕੁ ਵਜੇ ਨਾਲ ਤੇ ਮੈਂ ਪਹੁੰਚ ਰਿਹਾ 3:30 ਵਜੇ ਨਾਲ ਪਹੁੰਚ ਰਿਹਾ ਹਾਂ ਮੈਂ ਤੇ ਫਿਰ ਮੈਂ 3:30 ਪਹੁੰਚ ਗਿਆ ਡਿਲੀਵਰੀ ਤੇ ਜਾਣ ਦਾ ਕੋਈ ਫਾਇਦਾ ਨਹੀਂ ਸਿੱਧਾ ਹਨਾ ਕਿਉਂਕਿ ਕੱਲ ਦੀ ਮਾਰਨਿੰਗ ਕਿਉਂਕਿ ਅੱਜ ਹੈਗਾ ਸੰਡੇ ਡਿਲੀਵਰੀ ਲੋਕੇਸ਼ਨ ਅੱਜ ਬੰਦ ਵਾ ਕਲੋਜ਼ ਆ ਹਨਾ ਅੱਜ ਜਾਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਸੀਗਾ ਹੈਗਾ ਸੀ ਪਿੱਛੇ ਇੱਕ ਟਰੱਕ ਆ ਗਿਆ ਇੱਕ ਟਰੱਕ ਆ ਗਿਆ ਮਿੱਤਰੋ ਰੂਹ ਖੁਸ਼ ਹੋ ਗਈ ਹੁਣ ਇੱਕ ਟਰੱਕ ਆ ਗਿਆ ਚਲੋ ਹੁਣ ਟਰੱਕ ਸਟਾਪ ਦੇਖਦੇ ਹਾਂ ਜਾ ਕੇ ਉੱਥੇ ਪਾਰਕਿੰਗ ਕਿੰਨੀਆਂ ਕੁ ਵੱਜਦੀਆਂ ਹਾਂਜੀ ਵੀ ਟਰੱਕ ਸਟਾਪ ਦੇ ਤੇ ਆ ਤੇ ਗਿਆ ਵਾਂ ਬਟ ਪਾਰਕਿੰਗਾਂ ਸਾਰੀਆਂ ਮੈਨੂੰ ਪੇਡ ਵਾਲੀਆਂ ਲੱਭਦੀਆਂ ਪਈਆਂ ਇੱਥੇ ਹੋਰ ਵੀ ਲੱਭ ਨਹੀਂ ਰਹੀ ਤੇ ਅੱਜ ਸੰਡੇ ਦਾ ਦਿਨ ਹੋਣ ਕਰਕੇ ਵੀ ਯਾਰ ਇੰਨਾ ਕੁਝ ਵੀ ਕੈਸੇ ਹੋ ਸਕਦਾ ਹੈ ਜੀ ਅੱਜ ਤੋਂ ਸੰਡੇ ਹੈ ਨਾ ਚੱਲ ਕੋਈ ਨਾ ਘੁੰਮ ਲੈਂਦੇ ਹਾਂ ਸੰਡੇ ਆ ਤਾਂ ਵੀ ਪਾਰਕਿੰਗਾਂ ਨਹੀਂ ਮਿਲਦੀਆਂ ਪਈਆਂ ਤਾਂ ਵੀ ਕੱਲੀਆਂ ਰਿਜ਼ਰਵ ਵਾਲੀਆਂ ਲੱਭਦੀਆਂ ਪਈਆਂ ਬਾਏ ਆਹ ਹੈਗੀ ਇੱਕ ਪਾਰਕਿੰਗ ਹੈਗੀ ਇੱਕ ਪਾਰਕਿੰਗ ਲੱਭ ਗਈ ਆ ਬਟ ਉੱਧਰ ਵੀ ਹੋਣੀਆਂ ਸਾਹਮਣੇ ਵੀ ਹੋਣੀਆਂ ਇੱਕ ਗੇੜਾ ਉੱਧਰ ਵੀ ਕੱਢ ਲੈਂਦੇ ਹਾਂ ਬਾਬੇ ਇੰਨਾ ਟਰੱਕ ਸੰਡੇ ਵਾਲੇ ਦਿਨ ਵੀ ਰੋਡ ਤੇ ਤੁਰਿਆ ਫਿਰਦਾ ਧੰਨ ਆ ਛੁੱਟੀ ਵਾਲੇ ਦਿਨ ਮੇਰੇ ਵਰਗੇ ਸਾਰੀਆਂ ਰਿਜ਼ਰਵ ਪਾਰਕਿੰਗਾਂ ਇਹ ਕੋਈ ਫ੍ਰੀ ਵਾਲੀ ਪਾਰਕਿੰਗ ਨਹੀਂ ਹੈਗੀ ਲੈਟਸ ਸੀ ਹੁਣ ਕਿਹੜੀ ਰੋਹ ਦੇ ਵਿੱਚ ਮਿਲਦੀ ਹੈ ਜਾ ਕੇ ਆਪਾਂ ਨੂੰ ਟਰੱਕ ਸਟੋਪ ਤਾਂ ਬਹੁਤ ਵੱਡਾ ਹੈਗਾ ਇਹ ਛੋਟਾ ਨਹੀਂ ਆ ਟਰੱਕ ਸਟੋਪ ਇਹ ਵੱਡਾ ਹੀ ਆ ਜਾਂ ਤਾਂ ਮੈਂ ਗਲਤ ਐਂਟਰ ਕਰ ਗਿਆ ਦੂਜੇ ਪਾਸੇ ਐਂਟਰ ਹੋਣਾ ਚਾਹੀਦਾ ਸੀ ਗਲਤ ਪਾਸੇ ਐਂਟਰ ਹੋ ਗਿਆ ਯੂ ਟਰਨ ਮਾਰ ਕੇ ਇੱਧਰ ਵਾਪਸ ਆਉਣਾ ਪੈਣਾ ਲੱਗਦਾ ਦੇਖਦੇ ਹਾਂ ਸੀਨ ਕੀ ਬਣਦਾ ਇੱਧਰ ਚਾਹੀਦੀ ਆ ਕੋਈ ਨਾ ਕੋਈ ਪਾਰਕਿੰਗ ਇੱਧਰਲੇ ਪਾਸੇ ਹੋਊਗੀ ਆਈ ਥਿੰਕ ਸੋ ਇੱਧਰ ਦੇਖ ਲੈਂਦੇ ਇੱਕ ਟਰਾਈ ਕਰਕੇ ਪੱਕੀ ਹੋਣੀ ਚਾਹੀਦੀ ਇੱਕ ਪਾਰਕਿੰਗ ਤਾਂ ਹੋਊਗੀ ਇੱਧਰਲੇ ਪਾਸੇ ਮੈਂ ਸ਼ਿਓਰ ਹਾਂ ਕਿਉਂਕਿ ਯਾਰ ਇੱਕ ਅੱਧ ਪਾਰਕਿੰਗ ਤਾਂ ਚਾਹੀਦੀ ਆ ਇੰਨਾ ਤਾਂ ਕੰਮ ਨਹੀਂ ਚਾਹੀਦਾ ਸੋ ਇੱਕ ਟਰੱਕ ਤਾਂ ਲੱਗ ਰਿਹਾ ਬੈਗ ਉਮੀਦ ਕਰਦਾ ਕਿ ਇਹਦੇ ਲਾਗੇ ਜਾ ਕੇ ਕੋਈ ਹੋਰ ਵੀ ਹੋਵੇ ਪਾਰਕਿੰਗ ਕਈਆਂ ਨੇ ਨਾ ਛੋਟੇ ਟਰੱਕ ਜਿਹੜੇ ਹੁੰਦੇ ਛੋਟੇ ਹਾਥੀ ਹੁੰਦੇ ਆ ਉਹ ਵੀ ਲਾਏ ਹੋਏ ਆ ਵੱਡੀਆਂ ਪਾਰਕਿੰਗਾਂ ਦੇ ਵਿੱਚ ਜਿਹਦੇ ਕਰਕੇ ਸਾਨੂੰ ਤੰਗੀ ਆਉਂਦੀ ਆ ਉਹ ਸਾਈਡ ਤੇ ਵੀ ਲਾ ਸਕਦੇ ਆ ਕਾਰਾਂ ਵਾਲੀਆਂ ਪਾਰਕਿੰਗਾਂ 'ਚ ਵੀ ਲੱਗ ਸਕਦੇ ਆ ਬਟ ਨਹੀਂ ਚੱਲ ਵੀਰੇ ਛੇਤੀ ਲਾ ਲਾ ਬੈਗ ਆਪਾਂ ਵੀ ਪਾਰਕਿੰਗ ਲੱਭੀਏ ਕੋਈ ਆਪਾਂ ਵੀ ਲਾਈਏ ਬੈਗ ਫਿਰ ਮਿਲ ਗਈ ਮੇਰੇ ਵੀਰੇ ਪਾਰਕਿੰਗ ਆਪਾਂ ਨੂੰ ਵੀ ਆਪਾਂ ਵੀ ਟਰੱਕ ਬੈਗ ਲਾਵਾਂਗੇ ਆਪਾਂ ਤੇ ਬੜਾ ਕੇਅਰਫੁਲੀ ਲਾਉਣਾ ਪੈਣਾ ਬਹੁਤ ਕੇਅਰਫੁਲੀ ਬਹੁਤ ਜ਼ਿਆਦਾ ਕੇਅਰਫੁਲੀ ਲਾਉਣਾ ਪੈਣਾ ਬੈਗ ਕਿਉਂਕਿ ਰਾਈਟ ਸਾਈਡ ਦੇ ਟਰੱਕ ਲੱਗੇ ਹੋਏ ਆ ਨਾਲ ਹੀ ਅੱਗੇ ਕਰ ਕਰਕੇ ਜ਼ਿਆਦਾ ਅੱਗੇ ਹੋ ਕੇ ਲੱਗੇ ਹੋਏ ਆ ਸੋ ਇੱਕ ਵਾਰੀ ਉੱਤਰ ਕੇ ਵੀ ਦੇਖ ਲਵਾਂਗੇ ਆਪਾਂ ਇੱਕ ਦੋ ਵਾਰ ਹਾਂ ਵੀ ਬਹੁਤ ਕੇਅਰਫੁਲੀ ਲਾਉਣਾ ਪੈਣਾ ਬੈਗ ਇੱਕ ਦੋ ਵਾਰ ਉੱਤਰ ਕੇ ਵੀ ਦੇਖ ਸਕਦੇ ਹਾਂ ਆਪਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਜੇ ਬੰਦਾ ਤੁਹਾਨੂੰ ਜਦੋਂ ਬੈਕ ਬੈਕ ਜਦੋਂ ਹੌਲੀ ਹੌਲੀ ਬੈਕ ਜਾਈ ਗਿਆ ਨਾ ਟਰੱਕ ਤੈਨੂੰ ਆਪੇ ਪਤਾ ਲੱਗਣਾ ਸ਼ੁਰੂ ਹੋ ਜਾਣਾ ਕਿ ਹਾਂ ਵੀ ਕਿੱਧਰਲੀ ਸਾਈਡ ਤੋਂ ਕੇਅਰਫੁਲ ਰਹਿਣਾ ਚਾਹੀਦਾ ਸੀਗਾ ਆਪਾਂ ਨੂੰ ਸੋ ਬੜੇ ਧਿਆਨ ਦੇ ਨਾਲ ਜਾਣਾ ਪੈਣਾ ਬੈਕ ਆਪਾਂ ਨੂੰ ਕਿਉਂਕਿ ਮਾੜਾ ਮੋਟਾ ਵੀ ਲੱਗ ਗਿਆ ਨਾ ਨੁਕਸਾਨ ਤਕੜਾ ਹੀ ਹੋ ਜਾਣਾ
ਸਭ ਨਾਲੋਂ ਪਹਿਲਾਂ ਮੈਂ ਉਤਰ ਕੇ ਵੇਖ ਕੇ ਆਉਂਦਾ ਯਾਰ ਇੱਧਰੋਂ ਤਾਂ ਓਕੇ ਆ ਹਨਾ ਇੱਧਰ ਮੈਂ ਹੋਰ ਥੋੜ੍ਹਾ ਜਿਹਾ ਮਤਲਬ ਕਿ ਬੈਕ ਜਾਣ ਸਕਦਾ ਲੈ ਕੇ ਜਾ ਸਕਦਾ ਵਾ ਬਸ ਇੱਧਰ ਵਾਲੀ ਸਾਈਡ ਥੋੜ੍ਹੀ ਬਚਾ ਕੇ ਜਾਣੀ ਪੈਣੀ ਮੈਨੂੰ ਇੱਧਰ ਵਾਲੀ ਸਾਈਡ ਬਚਾਉਣੀ ਪੈਣੀ ਮੈਨੂੰ ਬਾਕੀ ਤਾਂ ਓਕੇ ਆ ਹੀ ਜਾਣਾ ਬੈਕ ਵੈਸੇ ਤਾਂ ਕੋਈ ਚੱਕਰ ਨਹੀਂ ਏਦਾਂ ਸਾਹਮਣੇ ਵਾਲਾ ਟਰੱਕ ਤੰਗ ਕਰਦਾ ਹੁਣ ਚੱਕਰ ਆ ਚਾਰ ਵਾਰੀ ਉਤਰ ਕੇ ਦੇਖਿਆ ਮੈਂ ਕੋਈ ਸ਼ਰਮ ਨੀ ਚਾਰ ਵਾਰੀ ਉਤਰ ਕੇ ਦੇਖਣ ਦੀ ਪਿੱਛੇ ਲਾਈਨ ਲੱਗੀ ਟਰੱਕਾਂ ਦੀ ਹਨਾ ਦੋ ਟਰੱਕ ਲੰਘਣੇ ਹੁਣ ਤਾਂ ਲਾਈਨ ਲੱਗੀ ਬਟ ਮੈਂ ਚਾਰ ਵਾਰੀ ਉਤਰ ਕੇ ਦੇਖਿਆ ਤੈਨੂੰ ਰੀਜ਼ਨ ਦੱਸਦਾ ਉਤਰ ਕੇ ਕਿ ਮੈਂ ਕਾਹਤੋਂ ਦੇਖਿਆ ਹਨਾ ਮੈਂ ਕਿਸੇ ਦਾ ਨੁਕਸਾਨ ਨਹੀਂ ਹੁਣ ਕਰਨਾ ਚਾਹੁੰਦਾ ਆਪਣਾ ਵੀ ਆਪਣਾ ਤੇ ਘੱਟ ਹੋਣਾ ਕਿਉਂਕਿ ਆਪਣਾ ਟ੍ਰੇਲਰ ਦਾ ਬੰਪਰ ਹੋਣਾ ਆਹ ਦੇਖੋ ਆਹ ਟਰੱਕ ਨਿਕਲਣਾ ਹੁਣ ਇੱਥੋਂ ਸਾਹਮਣੇ ਜਿਹੜਾ ਨਿਕਲਿਆ ਇਹ ਖਿਲਾਰ ਕੇ ਬਹਿ ਗਿਆ ਸੀ ਉੱਥੇ ਇਹ ਸੋਚਦਾ ਸੀ ਕਿ ਹਾਂ ਵੀ ਜਾਣ ਨਹੀਂ ਡਿਆ ਇੱਕ ਹੋਰ ਟਰੱਕ ਨਿਕਲੂਗਾ ਇੱਥੋਂ ਸਾਰੇ ਖਲੋ ਗਏ ਸੀ ਉੱਥੇ ਕਿ ਹਾਂ ਵੀ ਇਹ ਟਾਈਮ ਵੇਸਟ ਕਰੀ ਜਾਂਦਾ ਆਪਾਂ ਟਾਈਮ ਨਹੀਂ ਸੀ ਵੇਸਟ ਕਰਦੇ ਆਪਾਂ ਵਧੀਆ ਤਰੀਕੇ ਦੇ ਨਾਲ ਬੈਕ ਲਗਾ ਰਹੇ ਸੀਗੇ ਐਵੇਂ ਲੱਗਣ ਜਾਵੇ ਉਹ ਸਾਹਮਣੇ ਜਿਹੜਾ ਲਾਲ ਟਰੱਕ ਆ ਹਨਾ ਲਾਲ ਟਰੱਕ ਦੇ ਨਾਲ ਜਿਹੜਾ ਇੱਕ ਗ੍ਰੇ ਕਲਰ ਦਾ ਟਰੱਕ ਆ ਉਧਰੋਂ ਟਰੱਕ ਲਿਆਉਣਾ ਸੀਗਾ ਮੈਂ ਚੰਗੀ ਤਰ੍ਹਾਂ ਅਤੇ ਮੈਨੂੰ ਰਾਈਟ ਸਾਈਡ 'ਤੇ ਵੀ ਧਿਆਨ ਰੱਖਣਾ ਪੈਣਾ ਸੀ ਅਤੇ ਇੱਧਰ ਵੀ ਪਿੱਛੇ ਵੀ ਇੱਕ ਟਰੱਕ ਲੱਗਾ ਵਾ ਤੈਨੂੰ ਦਿਖਾਉਂਦਾ ਇੱਧਰੋਂ ਲਿਆਂਦਾ ਹਨਾ ਟਰੱਕ ਮੈਂ ਐਲ ਬਣਾ ਕੇ ਐਲ ਖੋਲਣੀ ਹਨਾ ਬੜਾ ਜੱਬ ਹੁੰਦਾ ਅਤੇ ਇੱਧਰਲੇ ਪਾਸੇ ਟਰੱਕ ਆ ਇੱਕ ਅਤੇ ਇੱਧਰ ਨੂੰ ਬਚਾਅ ਕਰਨਾ ਸੀਗਾ ਸੋ ਕੁੱਲ ਮਿਲਾ ਕੇ ਇਹ ਪੂਰਾ ਸਿਰਾ ਕੰਮ ਸੀਗਾ ਅਤੇ ਚਲੋ ਲਾ ਤੀ ਹੁਣ ਬੈਕ ਆਪਾਂ ਹੁਣ ਸਵੇਰ ਤੱਕ ਇੱਥੇ ਹੀ ਆ 5 ਵਜੇ ਤੱਕ ਇੱਥੇ ਹੀ ਆ ਸਵੇਰੇ 5 ਵਜੇ ਨਿਕਲੂੰਗਾ 6 ਵਜੇ ਪਹੁੰਚ ਜਾਣਾ ਡਿਲੀਵਰੀ 'ਤੇ ਮੈਂ ਮੇਰੇ ਵੀਰ ਭਰਾ ਮੈਨੂੰ ਦਿਓ ਇਜਾਜ਼ਤ ਆਪਾਂ ਮਿਲਦੇ ਕੱਲ੍ਹ ਕੱਲ੍ਹ ਇੱਕ ਡਰੋਪ ਕਰਨੀ ਇੱਕ ਪਿੱਕ ਕਰਨੀ ਆਪਾਂ ਅਤੇ ਬਾਕੀ ਦਾ ਜੋ ਆਪਣਾ ਹੋਊਗਾ ਵਾਪਸ ਜਾਂਦਿਆਂ ਦਾ ਟ੍ਰਿਪ ਹੈ ਨਾ ਪਿੱਕ ਕਰਕੇ ਵਾਪਸ ਜਾਣਾ ਆਪਾਂ ਟੋਰਾਂਟੋ ਅਤੇ ਬਾਕੀ ਦੀ ਗੱਲਬਾਤ ਅਗਲੇ ਵਲੋਗ 'ਚ ਕਰਦੇ ਹਾਂ ਜਿਨ੍ਹਾਂ ਨੂੰ ਵਲੋਗ ਵਧੀਆ ਲੱਗਾ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ ਟਾਟਾ ਟੇਕ